ਮੈਂ ਨਵਦੀਪ ਸਚਦੇਵਾ ਬੋਰਡ ਤੋਂ ਤੁਹਾਨੂੰ ਆ ਵੀਡੀਓ ਦੇ ਰਾਹੀਂ ਜਾਣਕਾਰੀ ਕਰਾਉਣਾ ਚਾਹੁੰਦਾ ਵੀ ਜਿਹੜੇ ਪਾਰਸਲ ਅੱਜ ਕੱਲ੍ਹ ਔਨਲਾਈਨ ਆ ਰਹੇ ਨੇ ਜਿਵੇਂ ਆ ਕਲੱਬ ਫੈਕਟਰੀ ਦਾ ਪਾਰਸਲ ਹੈ ਜਾਂ ਹੋਰ ਵੀ ਹੈ, ਉਹ ਪਾਰਸਲ 'ਚੋਂ ਸਮਾਨ ਕਈ ਵਾਰੀ ਗਾਇਬ ਹੁੰਦਾ, ਤਾਂ ਉਹ ਗਾਇਬ ਕਿਵੇਂ ਹੁੰਦਾ ਹੈ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਇਹ ਪਾਰਸਲ ਵਾਲੇ ਜਿਹੜੇ ਆ ਜਿਹੜੇ ਡਿਲੀਵਰੀ ਬੋਆਏ ਨੇ ਇਹੀ ਗੜਬੜ ਕਰਦੇ ਆ ਜਾਂ ਜਿਨ੍ਹਾਂ ਕੋਲ ਨਗ ਪਹੁੰਚਦੇ ਆ ਉਹ ਗੜਬੜ ਕਰਦੇ ਆ, ਕੰਪਨੀਆਂ ਦੇ 'ਚ ਮਾਲ ਪਾ ਦਿੰਦੀ ਹੈ ਪਰ ਉਹ ਫਿਰ ਵੀ ਕੱਢਣ 'ਚ ਕਾਮਯਾਬ ਹੋ ਜਾਂਦੇ ਆ। ਕਿਵੇਂ ਕੱਢਦੇ ਆ ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦਿਖਾਉਂਦਾ, ਕਲੱਬ ਫੈਕਟਰੀ ਦਾ ਪੈਕੇਜ ਹੁਣੇ ਹੁਣੇ ਮੈਨੂੰ ਮਿਲਿਆ ਡਿਲੀਵਰੀ ਬੋਆਏ ਦੇ ਕੇ ਗਿਆ, ਇਹਦੇ 'ਚ ਮੈਂ ਈਅਰਫੋਨ ਮੰਗਾਏ ਸੀ, ਹੁਣ ਮੈਂ ਹੱਥ ਲਾ ਕੇ ਦੇਖਿਆ ਵੈਸੇ ਤਾਂ ਵਿੱਚ ਮਹਿਸੂਸ ਹੋ ਰਹੇ ਆ, ਪੈਕਿੰਗ ਹੈ ਪੂਰੀ, ਠੀਕ ਹੈ, ਇਹ ਤਾਂ ਆਪਾਂ ਲੈ ਸਕਦੇ ਹਾਂ ਪਰ ਹੁਣ ਇਹ ਖੁੱਲਿਆ ਨਹੀਂ ਹੋਇਆ। ਮੈਨੂੰ ਇੱਕ ਪਾਰਸਲ ਪਹਿਲੇ ਪ੍ਰਾਪਤ ਹੋਇਆ ਸੀਗਾ, ਵਿੱਚੋਂ ਮੇਰੀ ਬਲੂਟੁੱਥ ਦੀ ਐਨਕ ਗਾਇਬ ਸੀਗੀ, ਉਹ ਕਿਵੇਂ ਨਿਕਲੀ ਇਹ ਮੈਂ ਦੇਖਿਆ ਚੰਗੀ ਤਰ੍ਹਾਂ ਗੌਰ ਕੀਤਾ, ਫਿਰ ਮੈਨੂੰ ਧਿਆਨ ਆਇਆ ਵੀ ਇਸ ਤਰ੍ਹਾਂ ਇਹ ਕੱਢਦੇ ਆ। ਕਿਵੇਂ ਕੱਢਦੇ ਆ ਮੈਂ ਤੁਹਾਨੂੰ ਵਿਖਾ ਦਿੰਦਾ। ਉਹ ਤੁਸੀਂ ਜਦੋਂ ਪਾਰਸਲ ਲੈਂਦੇ ਹੋ ਤੁਸੀਂ ਤਾਂ ਚੈੱਕ ਕਰਦੇ ਹੋ, ਹਾਂਜੀ ਆਹ ਦੇਖੋ ਜੀ ਆਹ ਓਕੇ ਆ, ਦੋਨਾਂ ਪਾਸੋਂ ਬਿਲਕੁਲ ਸੀਲ ਹੈ, ਸੀਲ ਲੱਗੀ ਹੋਈ ਹੈ, ਕਿਵੇਂ ਕੱਢ ਸਕਦੇ ਆ ਨਹੀਂ ਕੱਢ ਸਕਦੇ, ਕੰਪਨੀ ਵੀ ਸੈਟਿਸਫਾਈ ਹੈ ਵੀ ਨਹੀਂ ਕੱਢ ਸਕਦੇ, ਡੀਲਰ ਵੀ ਸੈਟਿਸਫਾਈ ਹੈ ਵੀ ਜਿਹਨੇ ਭੇਜਿਆ ਵੀ ਇਹ ਨਹੀਂ ਕੱਢ ਸਕਦਾ। ਪਰ ਇਹਦੇ 'ਚ ਬਹੁਤ ਵੱਡੀ ਖਾਮੀ ਰੱਖੀ ਕਲੱਬ ਫੈਕਟਰੀ ਵਾਲਿਆਂ ਨੇ, ਉਹ ਖਾਮੀ ਇਹ ਰੱਖੀ ਹੈ ਵੀ ਇੱਥੇ ਇਹਨਾਂ ਨੇ ਆ ਥਾਂ ਬਣਾਈ ਹੈ, ਆ ਥਾਂ 'ਚ ਕੀ ਕਰਦੇ ਆ ਇਹ ਵਾਲੇ ਡਿਲੀਵਰੀ ਬੋਆਏ ਜਾਂ ਜਿਹੜੇ ਆ ਇਹਨਾਂ ਕੋਲ ਜਾਂਦਾ, ਇੱਥੇ ਇੱਥੇ ਐਂ ਉਂਗਲ ਪਾਓ ਇਹਦੇ 'ਚ ਅਤੇ ਇਹ ਇੱਕ ਮੋੜ ਮਿਲੇਗਾ ਅੱਗੇ, ਉਹ ਮੋੜ ਤੋਂ ਅੱਗੇ ਉਂਗਲ ਵਸਾ ਕੇ ਤੁਸੀਂ ਹੈੱਡਫੋਨ ਬਾਹਰ ਕੱਢੋ। ਇਹ ਆਹ ਦੇਖੋ ਜੀ ਇਹ ਆਹ ਪੀਸ ਨਿਕਲਿਆ, ਆਹ ਤੁਹਾਡੇ ਸਾਹਮਣੇ ਖੋਲਿਆ ਜੀ ਹੁਣੇ ਮੈਂ, ਇਹਦੇ 'ਚੋਂ ਐਂ ਕੱਢ ਲੈਂਦੇ ਆ। ਮੰਨ ਲਓ ਦੋ ਨਗ ਤੁਸੀਂ ਇੱਕ ਪੈਕਟ 'ਚ ਮੰਗਾਏ, ਉਹ ਇੱਕ ਨਗ ਐਂ ਕਰਕੇ ਕੱਢ ਲੈਂਦੇ ਆ, ਉਸ ਤੋਂ ਬਾਅਦ ਇਹਨੂੰ ਐਂ ਕਰਕੇ ਅਤੇ ਤੁਹਾਨੂੰ ਵਾ ਅੱਗੇ ਡਿਲੀਵਰ ਕਰ ਦਿੰਦੇ ਆ। ਇਸ ਤਰ੍ਹਾਂ ਤੁਹਾਡੇ ਪੈਕਟ 'ਚੋਂ ਇਹ ਚੀਜ਼ ਗਾਇਬ ਹੋ ਜਾਂਦੀ ਹੈ, ਤਾਂ ਮੇਰਾ ਇੱਕ ਪੀਸ ਇਸ ਤਰ੍ਹਾਂ ਗਾਇਬ ਹੋ ਚੁੱਕਿਆ। ਅੱਗੇ ਤੋਂ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦਾ ਪੈਕੇਜ ਮਿਲੇ ਤਾਂ ਉਹਨੂੰ ਹੱਥ ਲਗਾ ਕੇ ਜ਼ਰੂਰ ਦੇਖੋ ਵੀ ਜੇ ਦੋ ਆਈਟਮ ਹੈ ਤਾਂ ਦੋਵੇਂ ਸ਼ੋ ਹੋ ਰਹੀ ਹੈ ਕਿ ਨਹੀਂ ਹੋ ਰਹੀਆਂ ਜੀ, ਅਤੇ ਕਲੱਬ ਫੈਕਟਰੀ ਵਾਲਿਆਂ ਤੱਕ ਇਹ ਵੀਡੀਓ ਪਹੁੰਚਾਉਂਦੀ ਹੈ, ਤੁਹਾਡੇ ਕੋਲ ਹੈ ਤਾਂ ਮਾੜੀ ਮੋਟੀ ਪਹੁੰਚਾ ਦਿਆ ਜੇ ਕਿ ਉਹਨਾਂ ਦੀ ਇਹ ਪੈਕਿੰਗ ਜਿਹੜੀ ਹੈ ਸਭ ਤੋਂ ਖਰਾਬ ਪੈਕਿੰਗ ਹੈ ਜਿਹਦੇ 'ਚੋਂ ਨਗ ਦੇ ਵਿੱਚੋਂ ਸਮਾਨ ਹੀ ਗਾਇਬ ਹੋ ਜਾਂਦਾ। ਤਾਂ ਇਹ ਸੀ ਇੱਕ ਵੀਡੀਓ ਜਾਣਕਾਰੀ ਲਈ, ਬਹੁਤ ਬਹੁਤ ਸ਼ੁਕਰੀਆ।